ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ ਪੰਜਾਬ ਦੇ ਬਟਾਲਾ ਸ਼ਹਿਰ ਦੇ ਮਹਾਦੇਵ ਡਰਾਮੈਟਿਕ ਕਲੱਬ ਵੱਲੋਂ ਪਿਛਲੇ 75 ਸਾਲਾਂ ਤੋਂ ਰਾਮਲੀਲਾ ਕਰਵਾਈ ਜਾ ਰਹੀ ਹੈ ਅਤੇ ਇਸ ਰਾਮਲੀਲਾ ਵਿੱਚ ਖਾਸ ਇਹ ਹੈ ਕਿ ਇੱਕ ਹੀ ਪਰਿਵਾਰ ਦੀਆਂ ਪੀੜ੍ਹੀਆਂ ਦੇ ਲੋਕ ਇਸ ਰਾਮਲੀਲਾ ਵਿੱਚ ਹਿੱਸਾ ਲੈ ਰਹੇ ਹਨ ਅਤੇ ਵੱਖ ਵੱਖ ਭੂਮਿਕਾਵਾਂ ਨਿਭਾ ਰਹੇ ਹਨ ਭਾਵੇਂ ਰਾਮਲੀਲਾ 14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਲੇਕਿਨ ਇਸ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਅਤੇ ਪਾਤਰਾਂ ਵੱਲੋਂ ਰਿਹਰਸਲ ਕੀਤੀ ਜਾ ਰਹੀ ਹੈ ਕਲੱਬ ਮੈਂਬਰਾਂ ਅਤੇ ਇਸ ਰਾਮਲੀਲਾ ਚ ਜੋ ਪਾਤਰ ਆਪਣਾ ਰੋਲ ਨਿਭਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਪੂਰਨ ਤੌਰ ਤੇ ਇੱਕ ਮਰਿਆਦਾ ਚ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਇਸ ਸੰਬੰਧੀ ਸ਼ਸ਼ੀ ਢਾਲ ਤੇ ਮਨਜਿੰਦਰ ਸਿੰਘ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ ਆਪਣਾ ਨਾਮ ਮੇਰਾ ਨਾਮ ਮਨਜਿੰਦਰ ਸੰਧੂ ਜਿਹੜੇ ਜਿਸ ਤਰ੍ਹਾਂ ਮਰਿਆਦਾ ਪੁਰਸ਼ੋਤਮ ਪ੍ਰਭੂ ਰਾਮ ਜੀ ਹੈ ਉਹਨਾਂ ਦੀ ਜਦੋਂ ਆਪਾਂ ਲੀਲਾ ਖੇਡਦੇ ਹਾਂ ਤੇ ਆਪਾਂ ਪੂਰੀ ਮਰਿਆਦਾ ਦੇ ਵਿੱਚ ਰਹਿੰਦੇ ਹਾਂ ਬਕਾਇਦਾ ਜਦੋਂ ਰਾਮ ਲੀਲਾ ਸ਼ੁਰੂ ਹੋ ਜਾਂਦੀ ਹੈ ਤਾਂ ਝੰਡਾ ਪੂਜਨ ਦੀ ਪਹਿਲਾਂ ਰਸਮ ਕੀਤੀ ਜਾਂਦੀ ਹੈ ਉਸ ਰਸਮ ਤੋਂ ਬਾਅਦ ਪੰਡਿਤ ਜੀ ਜਿੰਨੇ ਵੀ ਕਲਾਕਾਰ ਹੈ ਸਾਰਿਆਂ ਨੂੰ ਮੌਲੀ ਬੰਨ ਦਿੰਦੇ ਨੇ ਫਿਰ ਉਸ ਤੋਂ ਬਾਅਦ ਅਸੀਂ ਸਾਤਵਿਕਤਾ ਦੇ ਨਾਲ ਹੀ ਸਾਰਾ ਜਿਹੜਾ ਹੈ ਆਪਣੇ ਕੰਮ ਜਿਹੜੇ ਉਹ ਕਰਦੇ ਹਾਂ ਪੂਰਨ ਤੌਰ 'ਤੇ ਸਾਤਵਿਕਤਾ ਜਿਹੜੀ ਨਿਭਾਈ ਜਾਂਦੀ ਹੈ ਅਤੇ ਪ੍ਰਭੂ ਰਾਮ ਜੀ ਦਾ ਜੋ ਜਿਸ ਤਰ੍ਹਾਂ ਮੈਂ ਰੋਲ ਕਰ ਰਿਹਾ ਹਾਂ ਮੈਂ ਵੀ ਜਦੋਂ ਇਹ ਰੋਲ ਕਰਨਾ ਜਦੋਂ ਉਹਨਾਂ ਨੂੰ ਬਨਵਾਸ ਹੁੰਦਾ ਹੈ ਅਤੇ ਮੈਂ ਖੁਦ ਪਰਸਨਲੀ ਆਪਣੇ ਘਰ ਵਿੱਚ ਫਿਰ ਜਿਹੜਾ ਨਾ ਉਹ ਪੁੰਜੇ ਸੋਣਾ ਆ ਇੱਕ ਦਰੀ ਵਿਛਾ ਕੇ ਅਤੇ ਉਹ ਉਸੇ ਮਰਿਆਦਾ ਦੇ ਵਿੱਚ ਰਹਿ ਕੇ ਤਾਂ ਪ੍ਰਭੂ ਜੀ ਦੇ ਸਾਰੀ ਜਿਹੜੀ ਲੀਲਾ ਜਿਹੜੀ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਪੂਰੀ ਕਰਦੇ ਹਾਂ ਜੀ ਹਾਂਜੀ ਜ਼ਿੰਮੇਵਾਰੀ ਇਸ ਤਰ੍ਹਾਂ ਕਿ ਜਦੋਂ ਅਸੀਂ ਇਸ ਚੀਜ਼ ਨੂੰ ਸ਼ੁਰੂਆਤ ਕਰ ਦਿੰਦੇ ਹਾਂ ਤਾਂ ਫਿਰ ਸਾਡੇ ਮਨ ਦੇ ਵਿੱਚ ਇੱਕੋ ਚੀਜ਼ ਹੁੰਦੀ ਹੈ ਕਿ ਆਪਾਂ ਜਿਨ੍ਹਾਂ ਦੀ ਲੀਲਾ ਕਰ ਰਹੇ ਹਾਂ ਉਹਨਾਂ ਦੇ ਵਿੱਚ ਉਸ ਕੰਮ ਕਰਨ ਦੇ ਵਿੱਚ ਕਦੀ ਕੋਈ ਕੁਤਾਹੀ ਨਾ ਵਰਤੀ ਜਾਵੇ ਅਤੇ ਜ਼ਿੰਮੇਵਾਰੀ ਇਸ ਤਰ੍ਹਾਂ ਕਿ ਜਿਹੜੇ ਨਵੇਂ ਕਲਾਕਾਰ ਆਉਂਦੇ ਆ ਨਵੇਂ ਕਲਾਕਾਰਾਂ ਨੂੰ ਵੀ ਸਿਰਫ ਹੈ ਕਿ ਅਸੀਂ ਇਹੀ ਸਮਝਾਉਂਦੇ ਹਾਂ ਕਿ ਜਿਹੜੇ ਤਰੀਕੇ ਦੇ ਨਾਲ ਸਾਡੀ ਪਿਛਲੇ ਜਿਹੜੇ ਹੈ ਪੁਰਖ ਜਿਹੜੇ ਆ ਸਾਡੇ ਜਿਹੜੇ ਪਿਛਲੇ 47 ਸਾਲ ਤੋਂ ਚੱਲਦੇ ਆ ਰਹੇ ਆ ਉਹਨਾਂ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਕਿ ਕਿਹੜੀ ਰਹਿਤ ਮਰਿਆਦਾ ਦੇ ਵਿੱਚ ਕਰਨਾ ਹੈ ਉਹੀ ਜਿਹੜੀ ਆ ਉਹ ਦੂਸਰੇ ਆਪਣੇ ਨਵੇਂ ਆਰਟਿਸਟ ਨੂੰ ਵੀ ਦੱਸ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਉਹ ਪੀੜ੍ਹੀ ਦਰ ਪੀੜ੍ਹੀ ਜਿਹੜੀ ਉਹ ਚੀਜ਼ ਜਿਹੜੀ ਘਰ ਕਰਦੀ ਜਾਂਦੀ ਹੈ ਬਿਲਕੁਲ ਜੀ ਕਈ ਵਾਰੀ ਤਾਂ ਕਈ ਨਹੀਂ ਹਰ ਵਾਰੀ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਕਿ ਜਦੋਂ ਆਪਾਂ ਉਹ ਕੰਮ ਆਰੰਭ ਕਰ ਦਿੰਦੇ ਹਾਂ ਯਕੀਨ ਮੰਨਿਓ ਕਿ ਜਿੰਨਾ ਜਦੋਂ ਰਾਮਲੀਲਾ ਦੇ ਦਿਨ ਸ਼ੁਰੂ ਹੁੰਦੇ ਆ ਉਦੋਂ ਸਾਨੂੰ ਆਟੋਮੈਟਿਕਲੀ ਮਤਲਬ ਕਿ ਅਜੇ ਕੁਛ ਆਰੰਭਿਆ ਵੀ ਨਹੀਂ ਹੁੰਦਾ ਤੇ ਸਾਡੇ ਮਨ ਦੇ ਵਿੱਚ ਉਹ ਭਾਵਨਾ ਜਿਹੜੀ ਹੈ ਨਾ ਉਸ ਚੀਜ਼ ਦੇ ਪ੍ਰਤੀ ਆ ਸਟੇਜ ਦੇ ਪ੍ਰਤੀ ਉਹ ਪ੍ਰਭੂ ਰਾਮ ਜੀ ਦੇ ਪ੍ਰਤੀ ਉਹ ਆਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਿਨਾਂ ਦੇ ਵਿੱਚ ਤੇ ਫਿਰ ਜਦੋਂ ਆਪਾਂ ਜੁੜ ਜਾਂਦੇ ਆ ਨਾਲ ਆਣ ਕੇ ਤੇ ਸਾਨੂੰ ਤੇ ਇਦਾਂ ਲੱਗਦਾ ਕਿ ਸਾਰੇ ਕੰਮ ਹੀ ਉਹ ਕਰਦੇ ਪਏ ਨੇ ਮਤਲਬ ਕਿ ਸਾਡੇ ਤੇ ਉਹ ਅਸੀਂ ਤੇ ਕੱਠ ਪੁਤਲੀਆਂ ਆ ਉਹ ਕਰਵਾਈ ਜਾਂਦੇ ਆਪਾਂ ਕਰੀ ਜਾਂਦੇ ਆ ਸਾਡੀ ਰਾਮਲੀਲਾ ਦੇ ਵਿੱਚ ਇੱਕ ਰਿਕਾਰਡ ਹੈ ਕਿ ਘੱਟੋ ਘੱਟ ਪਹਿਲੇ ਦਿਨ ਤੋਂ ਹੀ ਇੰਨਾ ਰਸ਼ ਹੁੰਦਾ ਕਿ ਪੂਰਾ ਪੰਡਾਲ ਜਿਹੜਾ ਸਾਡਾ ਭਰਿਆ ਹੁੰਦਾ ਹੈ ਤੇ ਜਦੋਂ ਲਕਸ਼ਮਣ ਮੂਰਛਾ ਜਾਂ ਸੀਤਾ ਸਵੰਬਰ ਹੁੰਦਾ ਹੈ ਉਦੋਂ ਇੰਨਾ ਰਸ਼ ਹੁੰਦਾ ਕਿ ਉਹ ਜਿਹੜੀਆਂ ਬੈਠਣ ਵਾਸਤੇ ਜਗ੍ਹਾ ਉਹ ਸਾਨੂੰ ਨਹੀਂ ਮਿਲਦੀ ਤੇ ਅੱਜ ਵੀ ਉਹੀ ਰਿਕਾਰਡ ਹੈ ਜਿਹੜੀ ਅੱਜ ਤੋਂ 25-30 ਸਾਲ ਪਹਿਲਾਂ ਸੀ ਇਸ ਤਰ੍ਹਾਂ ਹੀ ਚੱਲਦਾ ਪਿਆ ਸੀ ਹਾਂਜੀ ਮੇਰਾ ਨਾਮ ਸ਼ਸ਼ੀ ਢਾਲ ਹੈ ਅੱਛਾ ਮਹਾਵੀਰ ਥੀਏਟਰ ਕਲੱਬ ਬਟਾਲਾ ਅੱਛਾ ਮੈਨੂੰ ਚੱਲ ਰਹੀ ਹੈ ਰਾਮਲੀਲਾ ਚਲਦਿਆਂ 1948 ਦੀ ਰਾਮਲੀਲਾ ਚਲਦੀ ਪਈ ਹੈ ਸਾਡੇ ਜਨਮ ਤੋਂ ਹੀ ਪਹਿਲਾਂ ਦੀ ਹੈ ਤੇ ਮੇਰੇ ਫਾਦਰ ਸ਼੍ਰੀ ਜਨਕ ਰਾਜੀ ਢਾਲ ਉਹ ਰਾਮਲੀਲਾ ਦੇ ਡਾਇਰੈਕਟਰ ਸੀ ਨਾਲ ਜਨਰਲ ਸੈਕਟਰੀ ਸੀ ਤੇ ਉਹਨਾਂ ਉਹ ਤਕਰੀਬਨ ਉਹਨਾਂ ਨੇ 72 ਸਾਲ ਆਰਾਮ ਦਾ ਰੋਲ ਕੀਤਾ ਇਸ ਸਟੇਜ ਤੇ 72 ਸਾਲ ਦੀ ਉਮਰ ਦੇ ਵਿੱਚ ਰੋਲ ਕਰਦੇ ਰਹੇ ਨੇ ਇਹ ਸਾਰਾ ਪੀੜ੍ਹੀ ਤੋਂ ਪੀੜ੍ਹੀ ਚੱਲਦੀ ਪਈ ਹੈ ਤਕਰੀਬਨ ਅੱਧੇ ਸਾਡੇ ਕਿਹੜੇ ਪਾਤਰ ਨੇ ਉਹ ਬਜ਼ੁਰਗ ਨੇ ਉਹਨਾਂ ਦੇ ਅੱਗੋਂ ਬੱਚੇ ਨਾਲ ਲੱਗੇ ਨੇ ਜਿਹੜਾ ਲਕਸ਼ਮਣ ਦਾ ਰੋਲ ਕਰ ਰਹੇ ਨੇ ਇਸ ਟਾਈਮ ਉਹਦੇ ਪਾਪਾ ਪਹਿਲਾਂ ਲਕਸ਼ਮਣ ਦਾ ਰੋਲ ਕਰਦੇ ਸੀ ਜਿਹੜਾ ਰਾਜਾ ਜਨਕ ਦਾ ਰੋਲ ਕਰਦੇ ਸੀ ਉਹਨਾਂ ਦਾ ਬੇਟਾ ਜਨਕ ਦਾ ਰੋਲ ਕਰਨ ਡਿਆ ਵਾ ਮੈਂ ਵਾਂ ਮੇਰੇ ਡੈਡੀ ਰਾਮ ਦਾ ਰੋਲ ਕਰਦੇ ਸੀ ਇਸ ਟਾਈਮ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੈ ਸਾਰੀ ਰਾਮਲੀਲਾ ਨੂੰ ਚਲਾਉਣ ਵਾਸਤੇ ਮੇਰਾ ਸਹਿਯੋਗ ਹੈ ਮੇਰੇ ਸਾਥੀਆਂ ਦਾ ਸਹਿਯੋਗ ਹੈ ਮੇਰੀ ਜ਼ਿੰਮੇਵਾਰੀ ਇਹੀ ਹੈ ਕਿ ਮੈਂ ਬਟਾਲੇ ਤੋਂ ਪੰਚਕੂਲਾ ਚੱਲ ਗਿਆ ਤਾਂ 7-8 ਸਾਲ ਤੋਂ ਹਰ ਸਾਲ ਮੈਂ ਰਾਮਲੀਲਾ ਕਰਾਉਣਾ ਨਾ ਇੱਕ ਮਹੀਨਾ ਮੈਂ ਇੱਥੇ ਰਹਿੰਦਾ ਵਾਂ ਇੱਕ ਮਹੀਨਾ ਪਹਿਲਾਂ ਰਿਹਰਸਲ ਚਾਲੂ ਹੋ ਜਾਂਦੀ ਹੈ ਰਿਹਰਸਲ ਕਰਾ ਕੇ ਰਾਮਲੀਲਾ ਸੰਪੂਰਨ ਕਰਕੇ ਮੈਂ ਵਾਪਸ ਜਾਂਦਾ ਵਾਂ ਜੈ ਸ਼੍ਰੀ ਰਾਮ ਅੱਛਾ ਆਪਣਾ ਨਾਮ ਦੱਸ ਮੈਂ ਜੀ ਮੇਰਾ ਨਾਮ ਜੀ ਸੁਜੀਤ ਸਿੰਘ ਜੀ ਮੈਂ ਪ੍ਰਭੂ ਜੀ ਕਹਿਣਾ ਚਾਹੁੰਦਾ ਜੀ ਮੈਂ 5ਵੀਂ ਕਲਾਸ ਹਾਂ ਜਦੋਂ ਮੈਨੂੰ ਪਿਤਾ ਜੀ ਲੈ ਕੇ ਆਏ ਨੇ ਜਿਹੜੇ ਇੱਥੋਂ ਦੇ ਡਾਇਰੈਕਟਰ ਸਾਹਿਬ ਸੀ ਨਾ ਪਹਿਲੇ ਸ਼੍ਰੀ ਜਨਕਰਾਜ ਜੀ ਢਾਲ ਉਹ ਮੈਨੂੰ ਸਕੂਲੋਂ ਲੈ ਕੇ ਆਏ ਸੀ ਮੈਂ ਬੱਚਾ ਜਿਹਾ ਹਾਂ ਉਦੋਂ ਬਿਲਕੁਲ ਹੀ ਛੋਟਾ ਜਿਹਾ ਉਹਨਾਂ ਦੀ ਰੇਖ ਦੇਖ 'ਚ ਮੈਂ ਪਲਿਆ ਵਾਂ ਇੱਕ ਹਿਸਾਬ ਨਾਲ ਇਹ ਬਾਅਦ 'ਚ ਹੌਲੀ ਹੌਲੀ ਮੈਂ ਸਾਂਭਦਾ ਰਿਹਾ ਵਾਂ ਕੰਮ ਕਰਾਉਂਦਾ ਰਿਹਾ ਵਾਂ ਚਲੋ ਹੁਣ ਬਹੁਤਾ ਨਾ ਕਰੋ ਤੇ ਮੈਨੂੰ ਇਹ ਜਿਹੜਾ ਅਹੁਦਾ ਮਿਲਿਆ ਵਾ ਮੈਨੂੰ 10 ਕੁ ਸਾਲ ਹੋ ਗਏ ਜੇ ਮੈਨੂੰ ਅਹੁਦਾ ਮਿਲਿਆ ਜੀ ਸਿਰਫ ਉਹਨਾਂ ਦੀ ਬਦੌਲਤ ਨਾਲ ਹਾਂਜੀ ਜੀ ਸਾਰਾ ਕੰਮ ਕਰਾਉਣਾ ਮੈਂ ਜੀ ਤਾਂ ਵੀ ਬੱਚਿਆਂ ਨੂੰ ਵੀ ਸਾਰਿਆਂ ਨੂੰ ਪਿਆਰ ਨਾਲ ਬੋਲਣਾ ਮੈਂ ਸਾਰਿਆਂ ਨੂੰ ਕਿੱਦਾਂ ਵੀ ਵੱਡੇ ਵੀ ਆ ਜਾਂ ਛੋਟੇ ਵੀ ਆ
उन्होंने इस तरह रखना जी अपना परिवार ही जिदा होंगे वा जी। हाँ जी साढ़े से श्री गुलजारी लाल जी चौहान जी होंगे ही और लक्ष्मण जी का रोल करते ही उन्होंने अगे पुत्र जी आए ने साढ़े को सौरभ चौहान जी वह भी लक्ष्मण का रोल करते हैं जिस तरह कि साढ़े शशि भाई ने कहा वा तू कि साढ़े पिता जी इदा रोल करते जी उन्होंने जिम्मेदारी उन्होंने भी आई दी है वो सिर्फ सानू उतों पंचकूले तो सू इतें आन के इन्ना शाबाश दे देंगे कि तुम पुत्र जी रोल करना वा तुम इतने रामलीला करनी जी। हाँ जी हाँ जी पूरा हाँ जी उन्होंने हाथ रहा साढ़े से।